خاندان سیدات بلندتر صلوات، ولاوی خوبصورت ترین صلوات پڑھو اللہ، اعوذ باللہ من الشیطان الرجیم، بسم اللہ الحمد لله رب العالمين، الصلاة والسلام على أشرف الأنبياء مالکون نبیا و آدم بین الماء والتین، الذی کیلا فی شانہ وَمَارْسَلْنَاكَ إِلَّا رَحْمَةً لِلْعَالَمِينَ، الصَّلَاةُ وَالسَّلَامُ عَلَى مشیرہی و اپنو امی و رسل علم الاولین والآخرین علی بھی صلوات دا بھائی والے ارے ابن ابی طالب اسد اللہ علیہ آلِ بلا کلِ عالم و امام المشارق والمغارب امیر باواز بلند صلوات پڑھو اللہ، میرے محترم بہنوں ولاوی صلوات پڑھو اللہ، کالا جسمی و روح کا روئی و دموں کا دمی و یا علی انت منی بے منزلت ہارون من موسیٰ، اٹھی صلوات
توجہ ہے نا میرے محترم، ولا بھی سونی جی سلوات اللہ کسے ملا جنا مل کے نعرہ حیدری، دوسرا نعرہ حیدری جویں سونی پہ سن دیو سونا کر کے، تیسرا نعرہ حیدری ترائے دا عدد بھیڑا ہے، چوتھا ختم قرآن کر لا حیدری پنجواں واجب ہو گئے، دوئے ہاتھ بلند کر کے پنجواں ہے شعور کی سرحد میں آ سکا بھی نہیں، بسم اللہ کیا سطر ہے علی، شعور کی سرحد میں آ سکا بھی نہیں، سمجھدار بندے کو تو میرے محترم میں لفظ دسیں دے پائن، ترلہ کیتا گئے کوشش کیتی گئی ہے، لیکن مظہر العجائب علی اکل چ نہیں آ سنا، تائیں تا شافی بیچارا آخد سچے نے میری زندگی بیت گئی میں کچھ سمجھ نہ آئی، اللہ رب یا علی رب، اے ربائی تقریباً میرا ورد ہے دور حاضر دیا، چار سطرہ ضروری تے واجب سمجھدا، چھکڑی سطر پڑھ کے پہلے حلالی تو لائے کے آخری حلالی تائیں، چھکڑی سطر پڑھ کے موالیاں دے چہرے پڑھدا رہنا، دیکھا ملہ دی ذات تو کیڑا چہرہ بچا ودا ہے، ماشاء اللہ سلام ہے تہاڈی عقیدت کو، سلام ہے تہاڈی قدردانی نو، سطر مکمل نہیں تھئی مجلس جنت بنا چھوڑی، علی شعور کی سرحد میں آ سکا بھی نہیں، یہ انتہا علی ہے مگر انتہا بھی نہیں، ہوں وہ سطر آن والی ہے جڑی پڑھ کے میں چہرے پڑھنے، اور کیا سزا ہو تجھے نماز پڑھ بھی رہا ہے مگر ادا بھی نہیں، زندہ باد، کیا بات ہے، ہاں ہاں ہاں
मिलके नारा हैदरी अकेले में माओरिफत माओरिफत का सिकंदर हुसैन पढ़ो सलवात सखी हुसैन लिल्लाह थोड़ा थोड़ा अगे थी आओ यार अगू सीटा खाली पर अगे थी आओ अगले अगे थी बोलो अगे थी आओ यार वाह वाह मेहरबानी बिस्मिल्लाह बिस्मिल्लाह मेहरबानी से बोलो ये बुलंद वाह वाह अकले में माओरिफत माओरिफत देख जिमें Yeah.
ਨਾਮ ਵਸਦਾ ਹੀ ਆ। ਵਾਹ ਵਾਹ, ਬਿਸਮਿਲ੍ਲਾ ਬਿਸਮਿਲ੍ਲਾ ਬਿਸਮਿਲ੍ਲਾ। ਸਬਰ ਚਿੱਟੇ ਦੀਨ ਲੁੱਟੀ ਗਏ ਇਹ ਹੱਗ ਕਾ ਸਾਮਨ ਲਾਲ। ਵਾਹ ਵਾਹ, ਹੋ ਸਾ ਮਾਸ਼ਾਅੱਲਾ, ਮਜਲਿਸ ਚ ਰੂਹਾਨੀਅਤ ਆ ਗਈ ਹੈ। ਇਬਤਦਾਏ ਮਜਲਿਸ ਬਹੁਤ ਬੜਾ ਇਸਤਕਬਾਲ ਕੀਤਾ ਗਰੀਬਾਂ ਦੇ ਮਸਾਹਿਬ ਦਾ। ਮੈਨੂੰ ਮਜਲਿਸ ਦਾ ਮਾਹੌਲ ਨਸਾਂਦਾ ਹੈ, ਕਰ ਭਲਾ ਵਾਲੇ ਆਉਂਦੇ ਪਏ, ਜਿਤਨੇ ਬੈਠੇ ਹੋ ਸਾਇਆਂ ਦੇ ਇਤਰਾਮ ਵਾਸਤੇ ਅਦਬ ਦਾ ਸਿਰ ਝੁਕਾਓ, ਤੇ ਜਿਹੜੇ ਨੌਜਵਾਨ ਬੈਠੇ ਹੋ ਇੱਥਾਂ ਹੀ ਹੋਰ ਬਣਦੇ ਨੇ, ਗਲਤੀਆਂ ਦੀ ਮਾਫੀ ਵਾਸਤੇ ਲਜਪਾਲਾਂ ਦੇ ਸਾਹਮਣੇ ਹੱਥ ਜੋੜੋ ਤੇ ਆਖੋ ਜਾ ਮੇਰਾ ਮੌਲਾ ਹੁਸੈਨ ਕਰ ਭਲਾ ਛੋੜ ਸ਼ਾਮ ਵਲ। ਵਾਹ ਵਾਹ ਜੀ ਆਖਾ, ਕਰਬਲਾ ਛੋੜ ਸ਼ਾਮ ਵਲ, ਆਪਣੇ 1600 ਮੀਲ ਦੀ ਥੱਕੀ ਹੋਈ ਭੈਣ ਕੋ ਘੇਲਾ, ਆਪਣੇ ਬਜ਼ਾਰੇ ਰੁੱਲਣ ਵਾਲੀ ਭੈਣ ਕੋ ਘੇਲਾ, ਆਪਣੇ ਦਰਬਾਰੇ ਵੰਡਣ ਵਾਲੀ ਭੈਣ ਕੋ ਘੇਲਾ, ਉਹ ਭੈਣ ਕੋ ਘੇਲਾ ਜਿਹੜੀ ਆਦੀ ਆਈ ਮੈਨੂੰ ਮੌਤ ਆਵਣਿਆ, ਤੇਰੇ ਨਾਲ ਬੋਲਣਾ ਨਾ ਪੋਵਿਆ। ਵਾਹ 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 ਵਾਹ, ਉਬੇਰ ਗੁਗਲਾ ਜਿਹੜੀ ਦਰਵਾਜ਼ਾ ਸਾਥ ਤੇ ਖੜ ਕੇ 15 ਅਜ਼ਾਨਾਂ ਸੁਣਦੀ ਰਹੀ ਏ, ਜਿਹੜੇ ਪੂਰਾ ਇੱਕ ਮੀਲ ਬਾਜ਼ਾਰ ਬਹਿ ਕੇ ਅਬੋਰ ਕਰਦੀ ਰਹੀ ਏ। ਵਾਹ ਵਾਹ, ਕੱਲੀ ਆਪਣੀ ਭੈਣ ਨਾਲ 4 ਸਾਲਾਂ ਦੀ ਬਤੂਲ। ਵਾਹ ਵਾਹ, ਜਾਂਦਾ ਅੱਜਾ ਤਾਈਂ ਕਬਾਰੀ ਚ ਕੰਨਾਂ ਤੂੰ ਖੂਨ ਵਹਦਾ। ਵਾਹ ਸਹੀ ਵਾਹ, ਕਿਆ ਬਾਤ, ਇਵੇਂ ਕੂਕਾ ਮਾਰ ਕੇ ਰੋਂਦੇ ਕਰੋ ਜਿਵੇਂ ਯਹਲ ਦੀ ਰਾਤ ਕੋ ਚੂਵਟ ਪਰਦਾਦਾਰ ਵੈਣ ਕਰਕੇ ਰੋਂਦੇ ਹੈ। ਬਿਸਮਿਲ੍ਲਾ, ਤੁਹਾਡਾ ਕੂਕਾ ਨੇ ਕੇ ਪੁਰਾਣਾ ਜਿਹਾ ਲਫ਼ਜ਼ ਜ਼ਿਹਨ ਤੇ ਆਏ ਜਿਹੜਾ ਜ਼ਾਕਰੀ ਦੁਨੀਆ ਚ ਪਹਿਲੇ ਪਹਿਲੇ ਤੁਹਾਡੇ ਖਾਦਮ ਪੜ੍ਹੇ ਸੈਯਦ ਖੁਦਾ ਬਖਸ਼ ਕੈਸਰ, ਬਾਅਦ ਜਰ ਕੋਈ ਪੜ੍ਹਦਾ ਰਹਿ ਗਏ ਜਿਤਨੇ ਬੈਠੇ ਹੋ, ਜਿਹੜੇ ਹੁਸੈਨ ਨੂੰ ਸਖੀ ਮੰਨਦੇ ਹੋ ਹੱਥ ਉੱਚਾ ਕਰੋ, ਕਿਉਂ ਰੋਂਦੇ ਆਏ? ਸਖੀ ਦੀ ਨਹੀਂ ਆਈ ਜ਼ਾਲਮ ਦੂਰ ਮੰਗਿਆ ਜਾ। ਜੀ ਆਖਾਂ, ਮੈਂ ਨੌਕਰ ਆ। ਸਖੀ ਦੀ ਨਹੀਂ ਆਈ ਜ਼ਾਲਮ ਦੂਰ ਮੰਗਿਆ ਜਾ, ਮੰਗੇ ਨਾਲ ਸਡੀਲ ਲਈ ਲੱਗਦੀ ਕੁੰਡੇ ਖੋਲਿਆ ਜਾ, ਕੁੰਡੇ ਨਹੀਂ ਖੁੱਲੇ ਤੁਰ ਲੈ ਗਏ ਚੋਲਾ ਲਾਲ ਗਏ। ਵਾਹ ਵਾਹ, ਨੌਕਰਾਂ ਬਜ਼ੁਰਗ, ਕੁੰਡੇ ਨਹੀਂ ਖੁੱਲੇ ਤੁਰ ਲੈ ਗਏ ਚੋਲਾ ਲਾਲ ਗਏ, ਦਰਿਆ ਦੋ ਮੂੰਹ ਕਰਕੇ ਆਦੀ ਚਾਚਾ ਬਾਸ
ਜਿਹੜੇ ਬਾਬੇ ਈਦ ਵਾਲੇ ਨੀ ਪਵਾਏ ਨੇ ਸ਼ਿਮਰ ਬਹੁ ਔਖੇ ਲਹਾਏ ਨਾ ਸੱਜੇ ਸਮ ਸੰਗਦੀ ਆਈ ਨਾ ਖੱਬੇ ਸਮ ਸੰਗਦੀ ਆਈ ਉੱਚਾ ਵੈਣ ਕਰਕੇ ਆ ਗਿਆ ਬਾਬਾ ਮੇਰੀਆਂ ਹੱਡੀਆਂ ਦਰਦ ਕਰਦੀਆਂ ਆ ਗਿਆ ਬਾਬਾ ਧੀ ਬੁੱਢੜੀ ਥੀ ਗਈ ਏ ਕਿਆ ਬਾਤ ਹੈ ਕਿਆ ਬਾਤ ਹੈ ਵਸਦੇ ਰਹੋ ਬਿਸਮਿਲ੍ਲਾ ਕਿਆਮਤ ਵਾਲੇ ਦਿਹਾੜੇ ਇੱਕ ਦੋ ਵੈਣ ਸੁਣੋ ਮੈਂ ਬੰਦ ਪੜਾ ਦੋ ਤਰਾ ਕਿਆਮਤ ਵਾਲੇ ਦਿਹਾੜੇ ਹਰ ਕੋਈ ਆਪਣੀਆਂ ਆਪਣੀਆਂ ਕਬਰਾਂ ਚੋਂ ਉਠਾਇਆ ਵੈਸੀ ਤੇ ਹੁਸੈਨ ਦੀ ਧੀ ਦਾਪਣੀ ਨਿੱਕੀ ਧੀ ਤੇ ਪੋਸੀ ਜਿਹੜੀ ਅੱਖ ਦਾ ਵੁਜ਼ੂ ਨਹੀਂ ਹੋਇਆ ਹੁਸੈਨ ਦੀ ਧੀ ਦਾਪਣੀ ਛੋਟੀ ਧੀ ਤੇ ਪੋਸੀ ਧੀ ਦੀ ਹਾਲਤ ਦੇਖ ਕੇ ਹੁਸੈਨ ਉੱਚੀਆਂ ਉੱਚੀਆਂ ਢਾਈ ਮਾਰ ਕੇ ਰੋਣ ਲੱਗ ਪਏ ਸੀ ਨਾਨਾ ਤੇ ਬਾਬਾ ਕੋਲੋਂ ਆਵੇ ਸਨ ਹੁਸੈਨ ਹੁਣ ਕੀ ਰੋਣਾ ਹੁਣ ਤਾਂ ਅਦਾਲਤ ਦੀ ਕੁਰਸੀ ਲੱਗੀ ਹੋਈ ਹੈ ਜਵਾਬ ਨਾਨੇ ਤੇ ਬਾਬੇ ਕੁੜੇ ਸੀ ਇਸ਼ਾਰਾ ਧੀ ਦੋ ਕਰੇ ਸੀ ਅਸੀਂ ਨਾਨਾ ਤੇ ਬਾਬਾ ਇਨਸਾਫ ਕਰੋ ਮੈਂ ਕਿਵੇਂ ਨਾ ਰੋਵਾਂ ਦੁਨੀਆਂ ਤੇ ਕੋਈ ਮਜ਼ਦੂਰੀ ਕਰੇਂਦਾ ਉਹਦਾ ਪੁੱਤਰ ਹੀ ਕਫਨ ਪਾ ਕੇ ਆਂਦਾ ਪਏ ਮੇਰੀ ਹੈ ਵੀ ਚੌਂ ਸਾਲਾਂ ਦੀ ਬਤੂਲ ਕਫਨ ਕੋਈ ਨਹੀਂ ਉਹ ਬਿਸਮਿਲ੍ਲਾ ਮੈਂ ਲੋਕਰ ਆ ਮਜ਼ਦੂਰ ਦਾ ਪੁੱਤਰ ਹੀ ਕਫਨ ਪਾ ਕੇ ਆਂਦਾ ਪਏ ਜੀ ਆਖਾ ਮਜ਼ਦੂਰ ਦਾ ਪੁੱਤਰੀ ਕਫਨ ਪਾ ਗਿਆ ਦਾ ਪਏ ਮੇਰੀ ਵੀ ਚੌਂ ਸਾਲਾਂ ਦੇ ਬਤੂਲ ਕਫਨ ਕੋਈ ਨਹੀਂ ਉਹ ਮੈਲਾ ਚੋਲਾ ਪਾ ਕੇ ਆਂਦੀ ਪਈ ਏ ਉਵੇਂ ਗੱਲ ਚ ਰੱਸੀਆਂ ਉਵੇਂ ਹੱਥਾਂ ਚ ਰੱਸੀਆਂ ਇਤਨੇ ਤਾਈ ਮਖਦੂਮਾ ਤਾਹਿਰਾ ਸੈਯਦਾ ਜ਼ਹਰਾ ਅੱਲਾਹ ਦੇ ਦਰਬਾਰ ਚ ਮੁਕਦਮਾ ਦਾਇਰ ਕਰੇ ਸੀ ਮੇਰੋ ਦੇਖੇ ਅਰਸ਼ ਦਾ ਪਾਵਾ ਨਾਪ ਕੇ ਆਖਸੀ ਯਾ ਆਦਿਲੋ ਮੇਰਾ ਆਦਿਲ ਅੱਲਾ ਅਦਾਲਤ ਕਰ ਹੁਸੈਨ ਅਕਬਰ ਅਬਾਸ ਮਰਦੇ ਮੈਦਾਨ ਐਨ ਮੇਰੀਆਂ ਧੀਆਂ ਦਾ ਕਿਹੜਾ ਜੁਰਮਾ ਬਿਸਮਿਲ੍ਲਾ ਕਰਾ ਬਿਸਮਿਲ੍ਲਾ ਕਰਾ ਬਜ਼ਾਰੇ ਘਿਨ ਗਏ ਦਰਬਾਰੇ ਘਿਨ ਗਏ ਮੇਰੀਆਂ ਨਿੱਕੀਆਂ ਨਿੱਕੀਆਂ ਪੋਤਰੀਆਂ ਨੂੰ ਮਰੇ ਦੇ ਰਹਿ ਗਏ ਆਵਾਜ਼ ਚਲੀ ਆਸੀ ਮੁਹੰਮਦ ਦੀ ਧੀ ਅਦਾਲਤ ਦੀ ਕੁਰਸੀ ਲੱਗੀ ਹੋਈ ਏ ਸ਼ਾਮ ਵਾਲੇ ਬੁਲਵਾਓ ਬੀਬੀ ਦਾ ਜਵਾਬ ਸੁਣਾਏ ਬੀਬੀ ਅਸੀਂ ਪਾਲਣ ਵਾਲੇ ਸ਼ਾਮ ਵਾਲੇ ਆਦਨ ਇਹ ਸ਼ਰਤ ਆਸੂ ਉਵੇਂ ਬਜ਼ਾਰ ਹੋਵੇ ਉਵੇਂ ਸਜਾਦ ਮਹਾਰੀ ਹੋਵੇ ਉਵੇਂ ਪੱਥਰਾਂ ਦੀ ਬਰਸਾਤ ਜਾਰੀ ਹੋਵੇ ਉਵੇਂ ਨਿੱਕੇ ਨਿੱਕੇ ਬਾਲਾਂ ਦੇ ਸਿਰਾਂ ਚੋਂ ਖੂਨ ਜਾਰੀ ਹੋਵੇ ਵਾਹ 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 ਸ਼ਾਮ ਵਾਲੇ ਆਵੇ ਸਨ ਛੇਕੜੀ ਵੈਣ ਸੁਣੋ ਮੈਂ ਬੰਦ ਪੜਾ ਮੇਰੀ ਮਜਾਲ ਚੁੱਕੇ ਦਰਬਾਰ ਏਡਾ ਵੱਡਾ ਹੈ ਜਿੱਥਾ ਅਬਾਸ ਵੀ ਸਿਰ ਝੁਕਾ ਕੇ ਆਂਦਾ ਇਹ ਵੈਣ ਯਾਦ ਆ ਗਿਆ ਤਾਂ ਮੁਸੱਲੇ ਤੇ ਰੋਸੋ ਸ਼ਾਮ ਵਾਲੇ ਆਵੇ ਸਨ ਕਰ ਭਲਾ ਵਾਲੇ ਬੁਲਵਾਓ ਸਾਰੇ ਸ਼ਹੀਦ ਆਸਨ ਕਹੇ ਰੰਗ ਲਾਲ ਮੈਰੋ ਦੇਖੇ ਆਪਣੇ ਆਪਣੇ ਸਰ ਹੱਥਾਂ ਤੇ ਜਾ ਕੇ ਆਉਣੋ ਮੁਹੰਮਦ ਦੇ ਹੱਥਾਂ ਤੇ ਆਪਣੇ ਨਿੱਕੇ ਸਰ ਕਾਸਿਮ ਦੇ ਹੱਥਾਂ ਤੇ ਸੇਰਾਂ ਵਾਲਾ ਸਰ ਅਕਬਰ ਦੇ ਹੱਥਾਂ ਤੇ ਸੋਹਣਾ ਸਰ ਗਰੀਬ ਹੁਸੈਨ ਦੇ ਹੱਥਾਂ ਤੇ ਗੁਰਬਤ ਭਰਾ ਸਰ ਸੈਯਦਾ ਮੈਨੂੰ ਅਲਮਾ ਦੀ ਕਸਮ ਏ ਇੱਕੋ ਆਵਾਜ਼ ਹੈ ਜਿਹਦਾ ਸਰ ਸਕੀਨਾ ਚਾਹੀਦੀ ਉਸ ਵਾਹ ਬਾਈ ਵਾਹ
ਇਹ ਮਜਲਿਸ ਨਹੀਂ ਮੌਜੂਦਾ ਹੈ ਜਿਹਦਾ ਸਰ ਮਸੂਮਾ ਚਾਈ ਵਧੀਓ ਸੀ ਅਰਜ਼ੀ ਮੇਰਾ ਅੱਲਾ ਮੇਰੇ ਮਾਸ਼ਕੀ ਦੇ ਬਾਜ਼ੂ ਹੋਵੇ ਨਾ ਆਪਣਾ ਸਰ ਆਪ ਜਾਵੇ ਪਤਾ ਨਹੀਂ ਕਿਹੜੇ ਨੌਜਵਾਨ ਦੇ ਪਾਸੇ ਨਾਲ ਸਜਾਦ ਰਤ ਬੈਠਾ ਰਹਿੰਦਾ ਕਿਆ ਕਬੂਲੀਆ ਤੇ ਕਿਹੜੇ ਮਾਸੂਮ ਬੱਚੇ ਦੇ ਪਾਸੇ ਨਾਲ ਸ਼ਾਮ ਦਾ ਛੋਟਾ ਕੈਦੀ ਹੈ ਹੈ ਜਨਾਬ ਬਾਕਰ ਰੋਂਦੇ ਬੈਠੇ ਬੰਦੀ ਮੈਂ ਸ਼ਾਮ ਦੇ ਛੋਟੇ ਕੈਦੀ ਦਾ ਪੜਦਾ ਤੇ ਕਿਹੜਾ ਕੈਦੀ ਮੇਰਾ ਇਸ਼ਾਰਾ ਸਮਝੇ ਪਤਾ ਲੱਗ ਵੈਸਿਆ ਤੇ ਮੈਂ ਕੈਦੀ ਦਾ ਹਾਇਓ ਆ ਕੀਆ ਪਰਦਾ ਜਿਹੜਾ ਕੈਦ ਹਾ ਪਿਓ ਦੇ ਨਾਲ ਪਿਓ ਤ੍ਰੇਵੀ ਸਾਲ ਦਾ ਬੁਢੜਾ ਹਾ ਤੇ ਪੁੱਤ ਹਾ ਛੋਟਾ ਹਾ ਬਾ ਬਿਸਮਿਲਾ ਬਿਸਮਿਲਾ ਜੀ ਨੌਕਰ ਹੱਥ ਲੱਭਣ ਹੁਕਮ ਕਰੋ ਬੱਚੜਾ ਜੀ ਵੀ ਤੇ ਮੈਂ ਕਹਿ ਦਿੱਤਾ ਜੀ ਆਖਾ ਹਾਏ ਬੁਢੜਾ ਹਾ ਤੇ ਪੁੱਤਰ ਹਾ ਛੋਟਾ ਬਾਲੇ ਉਹ ਜਵਾਨੀ ਮਾਰੇ ਕਿਹੜੀ ਆਜ਼ਾਦਾਰੀ ਬੈਠਾ ਕਰੇ ਜਿਹੜੀ ਅੱਖ ਦਾ ਫੁੱਜ਼ੂ ਨਹੀਂ ਹੋਇਆ ਮੈਰੋ ਦੇਖੇ ਪਹਾੜੀ ਮਸਾਇਬ ਦਾ ਅਗਲੀ ਸਤਾਰੇ ਉਹ ਇਹਨੂੰ ਪਿਓ ਕਮਰ ਕੋ ਦੇਖੇ ਉਤੋਂ ਮਾਂ ਦੇ ਖੁੱਲੇ ਹੋਏ ਵਾਲੇ ਤਾਹੀ ਸਾਰੀ ਜ਼ਿੰਦਗੀ ਰੋਂਦੇ ਗੁਜ਼ਰੇ ਡਿੱਠੇ ਮਾਂ ਬਾਦਾ ਮਾਤਮ ਵਾਹ ਵਾਹ ਬਿਸਮ ਜੀ ਨੌਕਰਾ ਵਾਹ ਵਾਹ ਮੈਂ ਨੌਕਰ ਵਾਹ ਉਹ ਇਹਨੂੰ ਪਿਓ ਦੀ ਛੁੱਕੀ ਆਈ ਕਮਰ ਕੋ ਲੈ ਗਏ ਤੂੰ ਮਾਂ ਦੇ ਖੁੱਲੇ ਹੋਏ ਵਾਲੇ ਤਾਹੀ ਸਾਰੀ ਜ਼ਿੰਦਗੀ ਰੋਂਦੇ ਗੁਜ਼ਰੇ ਡਿੱਠੇ ਮਾਂ ਬਾਦਾ ਹਰ ਵਿਚਾਲੇ ਕਿਆ ਬਾਤ ਹੈ ਜੀ ਆਖਾ ਅੱਛਾ ਸਰ ਮੈਂ ਨੌਕਰ ਹਾਂ ਵਾਹ ਵਾਹ ਨੌਜਵਾਨ ਹੋ ਕੇ ਤੂੰ ਇਨ ਆਜ਼ਾਦਾਰੀ ਕਰੇ ਉਹ ਤੇਰੇ ਸਬਰ ਕਮਾਲੇ ਜੈ ਹਾਸ਼ਮੀ ਹੋ ਕੇ ਸ਼ਾਮ ਤਾਏ ਕੀਤਾ ਸਫਰ ਸ਼ਿਮਰ ਦੇ ਏ ਨਾਲੇ ਸਾਰੇ ਮੈਰੋ ਦਿਖਾਏ ਬਿਸਮਿਲ੍ਲਾ ਕਰਾ ਉਹ ਜਿਹੜਾ ਹਲ ਮਨ ਲਾਲ ਤੇ ਚੁੰਮਦਾ ਗਸ ਫੇਰ ਦੇ ਰਸੀਆ ਫੱਟ
ਜਿਗਰ ਗਿਆ ਜਦਾ ਫੁੱਫੀਆ ਨੇ ਕੀਤਾ ਚਾਦਰਾ ਕਾ ਸਵਾਲੇ ਮੈਂ ਅਲੀ ਦੀ ਧੀਆ ਚਾਦਰ ਦਿਓ ਪਿਓ ਪੁੱਤਰ ਮਹਾਰਾਜ ਛਿੱਕੀਆਂ ਨੇ ਜ਼ਿਆਰਤੀ ਲੋਕਾਂ ਦਾ ਹਜੂਮ ਏ ਮੈਂ ਜ਼ਿਆਰਤੀ ਪਿਆ ਪੜਦਾ ਕੋਈ ਹੱਥ ਚੁੰਮਦਾ ਹੈ ਕੋਈ ਬਾਜ਼ੂਆਂ ਤੇ ਬੋਸਾ ਦੇਂਦਾ ਹੈ ਕੋਈ ਕੰਢ ਚੁੰਮਦਾ ਹੈ ਸਮੇਂ ਤਗਾਇਓ ਜਿਹੜਾ ਪਰੇ ਖੜੋਤਾ ਪਰੇ ਕਨੂੰ ਗੁਲਾਬ ਦੀਆਂ ਪੱਤੀਆਂ ਸਟੇਂਦਾ ਕਮੀਨਿਆਂ ਜ਼ਾਲੀ ਮਕਾਨਾਂ ਦੀਆਂ ਛੱਤਾਂ ਤੇ ਸਵਾਰ ਇੱਕ ਬੁੱਢੜੀ ਮਜ਼ਦੂਰ ਏ ਮੋਮਿਨ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ ਉਹ ਮਜ਼ਦੂਰ ਨਾਲ ਵਾਲੀ ਦਾ ਮੂੰਡ ਹਲਾ ਕੇ ਆਦੀ ਇਹ ਕੈਦੀ ਡਿੱਠਈ ਇਹ ਮਹਾਰੀ ਡਿੱਠਈ ਇਹ ਸ਼ਕਲ ਤੋਂ ਜ਼ਾਤ ਦਾ ਮਹਾਰੀ ਨਹੀਂ ਲੱਗਦਾ ਸ਼ਕਲ ਤੋਂ ਕੈ ਮੁਲਕ ਦਾ ਸ਼ਹਿਜ਼ਾਦਾ ਲੱਗਦਾ ਹੈ ਅੱਲਾ ਜਾਣੇ ਕੀ ਲੁੱਟ ਪੈ ਗਈ ਲਾਗਰ ਨੌਕਰਾਂ ਬਜ਼ੁਰਗ ਇਹ ਸ਼ਕਲ ਤੋਂ ਬਿਮਾਰ ਇਹ ਮਹਾਰੀ ਨਹੀਂ ਲੱਗਦਾ ਕੈ ਮੁਲਕ ਦਾ ਸ਼ਹਿਜ਼ਾਦਾ ਲੱਗਦਾ ਹੈ ਮੇਰਾ ਦਿਲ ਥੀਂਦਾ ਮੈਂ ਇਹਦਾ ਹਾਲ ਚਾਹਵਾਂ ਇਹ ਆਦੀ ਲੱਗੀ ਵਾਂਦਾ ਲੱਥੀ ਮਕਾਮ ਦੀ ਛੱਤ ਤੂੰ ਕੋਲੋਂ ਆਈਏ ਆਦੀ ਅਸਲਾਮ ਅਲੈਕਾ ਅਯੂਹਲ ਅਸੀਰ ਮੇਰਾ ਮੌਲਾ ਫਰਮੈਂਦਨ ਅਲੈਕੇ ਸਲਾਮ ਸਲਾਮ ਦਾ ਜਵਾਬ ਗਿੱਦਸ ਸਵਾਲੀਆਂ ਦੀ ਸ਼ਿਕਲ ਬਣਾ ਕੇ ਸਵਾਲ ਦੀ ਝੋਲੀ ਅੱਡੀ ਸੀ ਸਿਆ ਸਮਝ ਗਿਆ ਬਈ ਸਵਾਲ ਕਰੂਏ ਸਿਆ ਦਾਦੇ ਸੋਚ ਕੇ ਸਵਾਲ ਕਰੇ ਮੈਂ ਤਾਜ਼ਾ ਉਜੜ ਕੇ ਆਉਂਦਾ ਪਿਆ ਵਾਹ ਬਾਈ ਵਾਹ ਕਿਆ ਬਾਤ ਹੈ ਤੇਰੇ ਸੁਣਨ ਦੀ ਜਿਹੜੇ ਬਜ਼ੁਰਗ ਜਾਂ ਨੌਜਵਾਨ ਪੁਰਾਣੀ ਸਾਕਰੀ ਪਸੰਦ ਕਰੇ ਨੇ ਮੈਂ ਤੂੰ ਆਖੂ ਮਰਸੀਆ ਸੁਣਦਾ ਪਿਆ ਬਜ਼ੁਰਗਾਂ ਦਾ ਇਹ ਆਦੀ ਕੈਦੀਆਂ ਕੰਨੋਂ ਕੋਈ ਰਕਮ ਜ਼ਰ ਦਿਨਾਰ ਕੋਈ ਨਹੀਂ ਮੰਗਦਾ ਸਵਾਲ ਹੀ ਤੇਰੀ ਭਲਾਈ ਦਾ ਹੈ ਸਵਾਲ ਹੀ ਤੇਰੀ ਚੰਗਾਈ ਦਾ ਹੈ ਸਿਆ ਦਾਦਾ ਕੀ ਆਖਣਾ ਚਾਹੁੰਦੀ ਇਹ ਆਦੀ ਹੈ ਮੁਸਾਫੇਰਾ ਸੁਣੇ ਵਲ ਵਤਨ ਆਪਣੇ ਲਾ ਬਾਈ ਵਾਹ ਵਾਹ ਬਾਈ ਜੀ ਆਖਾ ਮੁਸਾਫੇਰ ਮੇਰੀ ਉਮੀਦ ਤੋਂ ਜ਼ਿਆਦਾ ਸੁਣਦੇ ਪਰ ਵਲ ਵਤਨ ਆਪਣੇ ਨਹੀਂ ਥਾਂ ਦਾ ਸਫਾ ਆਰ ਬਿਮਾਰਾ ਵਾਹ ਬਾਈ ਵਾਹ ਜੀ ਉਹ ਪਿਛਲੇ ਨਹੀਂ ਥਾਂ ਦਾ ਸਫਾ ਪਿੰਨੋ ਸਾਇਣ ਤੂੰ ਪਿੰਨੋ ਗੁਨਾਹ ਧੋਈਂਦਨ ਬਿਮਾਰਾ ਆਦੀ ਇਹੋ ਸਵਾਲ ਹੈ ਥਾਹੀ ਉੱਠ ਬਲਾਵੇਂ ਹਾ ਇਲਾਜ ਆਪਣਾ ਕਰ ਜੀ ਆਖਾ ਨੌਕਰਾ ਹੱਥ ਲਵ ਨੌਕਰਾ ਇਥਾਹੀ ਉੱਠ ਬਲਾ ਹਾ ਇਲਾ ਵਤਨ ਖਬਰਾਂ ਪੁਚਾਵੇ ਕਿਉਂ ਮੰਗਾ ਭਾਇਆ ਤੇ ਯਾਰਾ ਮੇਰੀ ਮਜਾਲ ਜਿਹੜਾ ਮੈਂ ਵੈਣ ਹੁਣ ਪੜਨਾ ਤੂੰ ਤਾਂ ਇਨਸਾਨ ਹੈ ਇਹਦੇ ਤੇ ਤਾਂ ਪੱਥਰ ਹੀ ਰੋ ਪੋਵੇਂ ਜਿਹੜੇ ਵੇਲੇ ਆ ਕਸੀ ਤਾਈ ਉੱਠ ਬਲਾ ਇਲਾਜ ਕਰਵਾ ਵਤਨ ਖਬਰਾਂ ਪੁੱਛਾ ਕਈ ਫਿਰਾ ਸੱਜਣ ਨੀ ਤਾਂ ਮੰਗਵਾ ਉਹ ਮੁਲਤਾਨ ਵਾਲੇ ਫਿਰਾਵਾਂ ਤੇ ਸੱਜਣਾਂ ਦਾ ਨਾਮ ਆ ਸਾਂਗਾ ਦੋੜੇ ਦਾ ਹੋਇਆ ਚੁੱਕੇ ਖੂਨ ਦੇ ਵੱਧ ਪੈਣ ਪਿੱਟ ਕੇ ਆ ਗਏ ਸਭੇ ਤਾਂ ਮੁਕਾਈ ਆਦਾ
जी सजन सारे कुहाइया सभे दागा मुकाइया अच्छा अच्छा नौजवान मैं बिस्मिल्लाह करा हाथ बने नुकानी नौजवान सयादा दे सभेता मुकाइया सजन सारे कुहाइया उतेरे ता समाइया हाय हाय मैं सब बागो वाह वाह रोवांडे 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 नौकरा नौकरा नियाज़े हुसैन राज नथी में ता अगला बैंड पढ़ी बन्ना वलाया तुस आपे रोका आपे अगला बैंड पढ़ी बन्ना सरदार दे कदमैन चुमके आदिए मौला ए बीबिया नाल कौन इन सैयदा दे रत ई वास्ते रोना ए जसरे बुद शहजादिया हाय हाय नबी दी धी दिया धिया ते काई धिया अली दिया है